अप्रोक्सीमेट कोई 3:15 3:30 बजे जिहड़ियां साडियां लॉयर चैंबर कंपलैक्स पार्ट 1 दियां लिफ्ट्स ने उत्थे साडे दो किस्म दियां लिफ्ट्स ने, एक पुरानियां ने एक नवीआं ने। जिहड़ियां नवीआं लिफ्ट्स ने उहनां दे विच कोई टैक्नीकल फॉल्ट दी वजह दे कारण वो दोनों लिफ्टां बंद हो गईआं। उस तों बाद साडे जिहड़े टैक्नीशियन इत्थे रखे हुए ने कोर्ट दे विच उहनां नूं पता है उहदे विच लिफ्ट दे विच एक आटोमैटिक सिस्टम लग्या होया जिहड़ा बैटरीज़ दे नाल चलदा। वो अगर कितें भी लिफ्ट दे विच कोई प्रॉब्लम हुंदी है जां बिजली चली जावे लाइट भी चली जावे तां वो 2-4 मिनट दे विच आटोमैटिकली खुल जांदे आ। लेकिन किसी वजह कारण अज जिहड़ियां बैटरी सी उहनां विच भी प्रॉब्लम आ गई। इह समझ लो कि परमात्मा दी कोई सीगी कोई करनी ते उहदे विच प्रॉब्लम आउण कारण तकरीबन काफ़ी समा 1 घंटे तो भी ज़्यादा समय तक साढ़े कुछ वकील साहबान जिहड़े उहनां लिफ्टां दे विच फसे रहे। ਤਾਂ ਫਿਰ ਜਦੋਂ ਸਾਨੂੰ ਪਤਾ ਲੱਗਿਆ ਅਪਰੋਕਸੀਮੇਟ ਇਹ 3:15 3:30 ਵਜੇ ਦੀ ਗੱਲ ਹੈ ਅਪਰੋਕਸੀਮੇਟ, ਅਤੇ ਜਦੋਂ ਫਿਰ ਸਾਨੂੰ ਮੈਨੂੰ ਪਤਾ ਲੱਗਿਆ ਪਹਿਲਾਂ ਤਾਂ ਅਸੀਂ ਆਪਣੇ ਲੈਵਲ 'ਤੇ ਕਾਫੀ ਵਕੀਲ ਸਾਹਿਬਾਨ ਆਏ, ਅਸੀਂ ਉਹਨਾਂ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਹਨੂੰ ਕਿਸੇ ਤਰੀਕੇ ਨਾਲ ਕੱਢੀਏ। ਨਹੀਂ ਹੋਇਆ ਫਿਰ ਅਸੀਂ ਜਿਹੜੇ ਸ਼ੈਂਡਲਰ ਕੰਪਨੀ ਦੇ ਜਿਹੜੇ ਟੈਕਨੀਸ਼ੀਅਨ ਸੀਗੇ ਫਿਰ ਅਸੀਂ ਉਹਨਾਂ ਨੂੰ ਕੰਟੈਕਟ ਕੀਤਾ, ਉਹ ਵੀ 10-15 ਮਿੰਟ ਦੇ ਵਿੱਚ ਆ ਗਏ ਕਿਉਂਕਿ ਇਹ ਸਾਰੇ ਸਿਚੁਏਸ਼ਨ ਸਾਨੂੰ ਸੰਭਾਲਣ ਨੂੰ 1.5-2 ਘੰਟੇ ਲੱਗ ਗਿਆ, ਬਟ ਉਹ ਆ ਗਏ। ਫਿਰ ਇਨ ਦਾ ਮੀਨ ਟਾਈਮ ਫਿਰ ਮੈਂ ਸਾਰੀ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਫਿਰ ਅਸੀਂ ਇਨਫੋਰਮ ਕੀਤਾ, ਸਾਡੇ ਵਰਦੀ ਸੈਸ਼ਨ ਜੱਜ ਸਾਹਿਬ ਇਹਨਾਂ ਨੂੰ ਮੈਂ ਇਨਫੋਰਮ ਕੀਤਾ, ਇਹਨਾਂ ਨੇ ਫਿਰ ਅੱਗੇ ਡੀ ਸੀ ਸਾਹਿਬ ਨੂੰ ਸੀ ਪੀ ਸਾਹਿਬ ਨੂੰ ਇਨਫੋਰਮ ਕੀਤਾ ਜਿਹਦੇ ਨਾਲ ਸਾਡੇ ਐਂਬੂਲੈਂਸ ਵੀ ਆ ਗਈਆਂ ਅਤੇ ਫਾਇਰ ਬ੍ਰਿਗੇਡ ਵੀ ਆ ਗਈ ਤਾਂ ਕਿ ਅਗਰ ਕੋਈ ਮਿਸਹੈਪਨਿੰਗ ਹੁੰਦੀ ਤਾਂ ਅਸੀਂ ਉਹਨੂੰ ਕੰਟਰੋਲ ਕਰਦੇ। ਇਹ ਜਿਹੜੀਆਂ ਲਿਫਟਾਂ ਨੇ ਸਾਡੇ ਲਾਇਰ ਚੈਂਬਰ ਕੰਪਲੈਕਸ ਦੀਆਂ ਲਿਫਟਾਂ ਨੇ ਜਿਹੜੀਆਂ ਸਾਡੇ ਵਕੀਲਾਂ ਨੇ ਆਪਣੇ ਸੈਲਫ ਫਾਈਨੈਂਸ ਸਕੀਮ ਦੇ ਥੱਲੇ ਅਸੀਂ ਬਾਹਰ ਵੱਲੋਂ ਖੁਦ ਲੱਗੀਆਂ ਹੋਈਆਂ ਨੇ। ਸੋ ਇਹ ਪਰਮਾਤਮਾ ਦਾ ਮੈਂ ਤਾਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਸਾਰੇ ਜਿੰਨੇ ਸਾਡੇ ਵਕੀਲ ਸਾਹਿਬਾਨ ਵਿੱਚ ਸੀਗੇ ਉਹ ਸਾਰੇ ਸਹੀ ਸਲਾਮਤ ਸਹੀ ਤਰੀਕੇ ਨਾਲ ਸਾਰੇ ਬਾਹਰ ਆ ਗਏ। ਨਹੀਂ ਇਹ ਤਾਂ ਇੱਕ ਟੈਕਨੀਕਲ ਫਾਲਟ ਹੈ, ਕੋਈ ਇੰਨੀ ਗੱਲ ਨਹੀਂ, ਪਹਿਲਾਂ ਵੀ ਲਾਈਟ ਚਲੀ ਜਾਂਦੀ ਹੈ, ਪਹਿਲਾਂ ਵੀ ਹੋ ਜਾਂਦੀ ਆ। ਆਲਮੋਸਟ 5 ਵਕੀਲ ਸੀਗੇ, ਹੋਸਪਿਟਲ ਨਹੀਂ ਕਿਸੇ ਨੂੰ ਜਾਣ ਦੀ ਜ਼ਰੂਰਤ ਪਈ, ਸਾਰੇ ਠੀਕ ਨੇ, ਸਾਰੇ ਠੀਕ ਨੇ ਜੀ। ਟੀਮ ਇੱਥੇ ਆਈ ਹੋਈ ਹੈ, ਐਂਬੂਲੈਂਸ ਦੇ ਵਿੱਚ ਡਾਕਟਰ ਇੱਥੇ ਆਏ ਹੋਏ ਨੇ, ਉਹਨਾਂ ਨੇ ਸਾਰਿਆਂ ਦਾ ਬੀਪੀ ਚੈੱਕ ਕੀਤਾ, ਸਾਰਿਆਂ ਦੇ ਸਾਰੇ ਬਿਲਕੁਲ ਠੀਕ। ਲੁਧਿਆਣੇ ਦੀ ਮੈਂ ਰੋਪੜ ਦੀ ਕੋਰਟ 'ਚ ਗਿਆ ਪਿਆ ਸੀਗਾ ਰੋਪੜ, ਉੱਥੋਂ ਮੈਨੂੰ ਫੋਨ ਆਇਆ ਵੀ ਮੇਰੇ ਜੂਨੀਅਰ ਔਰ ਮੇਰੇ ਕਲਰਕ ਔਰ ਮੇਰੇ ਹੋਰ ਵਕੀਲ ਭਾਈ ਸਾਹਿਬ ਮੇਰੀਆਂ ਜਿਹੜੀਆਂ ਜਾਨਾਂ ਸੀ, ਮੇਰਾ ਵਕੀਲ ਪਰਿਵਾਰ ਹੈ, ਮੇਰਾ ਭਾਈਚਾਰਾ। ਜਦੋਂ ਮੈਨੂੰ ਪਤਾ ਲੱਗਾ ਮੈਂ ਉੱਥੋਂ ਕੇਸ ਛੱਡ ਕੇ ਆ ਗਿਆ, ਰੋਪੜ ਦਾ ਮੈਂ ਕੇਸ ਡ੍ਰੌਪ ਕਰਕੇ ਆਇਆ। ਰੋਪੜ ਦੀ ਸੈਸ਼ਨ ਕੋਰਟ ਵਿੱਚ ਮੇਰਾ ਕੇਸ ਸੀਗਾ ਸਟੇਟ ਬਨਾਮ ਬਲਬੀਰ, ਸਟੇਟ ਬਨਾਮ ਰੋਹਿਤ, ਔਰ ਉਹ ਸੀਗੇ ਸਪੈਸ਼ਲ ਕੇਸ ਸੀਗੇ, ਉਹ ਮੈਂ ਡ੍ਰੌਪ ਕਰਕੇ ਆ ਗਿਆ। ਮੈਂ ਜਸਨ ਨੂੰ ਬੇਨਤੀ ਕੀਤੀ ਮੇਰੇ ਜੂਨੀਅਰ, ਔਰ ਜਦੋਂ ਮੈਂ ਆਇਆ 7-6 ਸਾਲ ਜਦੋਂ ਮੈਂ ਆਇਆ ਮੇਰੇ ਵਕੀਲ ਭਾਈਚਾਰਾ ਬੜੀ ਐਫਰਟਸ ਕਰ ਰਹੇ ਸੀਗੇ। ਉਸ ਤੋਂ ਬਾਅਦ ਮੈਂ ਬਿਜਲੀ ਮਹਿਕਮਾ ਇੱਥੇ ਗਿਆ, ਉੱਥੋਂ ਸਭ ਲਿੱਤੀ ਮੈਂ ਅਤੇ ਵੜੈਸ ਸਾਹਿਬ ਨੇ, ਔਰ ਮੇਰੇ ਵੜੈਸ ਸਾਹਿਬ ਨੇ ਬਰਾਬਰ ਦਾ ਰੋਲ ਅਪਣਾਇਆ ਜਾਨਾਂ ਬਚਾਉਣ ਦੇ ਲਈ। ਮੈਂ ਅਤੇ ਵੜੈਸ ਸਾਹਿਬ ਨੇ ਉੱਥੋਂ ਥੋੜ੍ਹਾ ਲਿੱਤਾ ਵੱਡਾ ਸੱਬਲ ਲਿੱਤੀ, ਔਰ ਸੱਬਲ ਲੈ ਕੇ ਔਰ ਫਿਰ ਜਿਹੜੀ ਡਰਿੱਲ ਸੀ, ਡਰਿੱਲ ਨੇ ਵੀ ਸਾਡਾ ਬਹੁਤ ਕੰਮ ਕੀਤਾ, ਔਰ ਸਾਡੀ ਅੱਜ ਭਾਗਾ ਭਰੇ ਦਿਨ ਹੈ। ਸਾਡੇ ਜਿਹੜੀ ਵਕੀਲ ਭਾਈਚਾਰੇ ਦੀਆਂ ਜਾਨਾਂ ਬਰਕਰਾਰ ਰਹੀਆਂ, ਔਰ ਮਾਲਕ ਨੇ ਸਾਨੂੰ ਜਾਨਾਂ ਬਖਸ਼ ਦਿੱਤੀਆਂ। ਕਸੂਰਵਾਰ ਦੇਖੋ ਟੈਕਨੀਕਲ ਹੈ, ਇਹਨੂੰ ਕਸੂਰਵਾਰ ਕਿਸੇ ਨੂੰ ਨਹੀਂ ਠਹਿਰਾਇਆ ਜਾ ਸਕਦਾ, ਕਿਉਂਕਿ ਟੈਕਨੀਕਲ ਚੀਜ਼ ਆ, ਮਸ਼ੀਨ ਟੈਕਨੀਕਲ ਹੈ, ਇਹ 'ਤੇ ਤੁਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ। ਇੱਕ ਮੇਰੀ ਬੇਨਤੀ ਆ ਮਾਣਯੋਗ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ, ਸੰਕਟ ਚੱਲ ਰਿਹਾ ਬਿਜਲੀ ਦਾ, ਸੰਕਟ ਚੱਲ ਰਿਹਾ, ਸੰਕਟ ਕਰਕੇ ਲਿਫਟਾਂ ਹਰ ਜਗ੍ਹਾ ਯੂਜ਼ ਹੋ ਰਹੀਆਂ, ਤਵੱਜੋ ਦਿੱਤੀ ਜਾਵੇ, ਪ੍ਰਾਈਵੇਟ ਬਿਜਲੀ ਇੰਤਜ਼ਾਮ ਕੀਤਾ ਜਾਵੇ, ਔਰ ਇਹ ਨਾ ਹੋਵੇ ਜਿਸ ਤਰ੍ਹਾਂ ਅੱਜ ਇੱਥੇ ਸੀਨ ਹੋਇਆ, ਕਿਤੇ ਹੋਰ ਰਿਪੀਟ ਨਾ ਹੋਵੇ। ਇਹ ਸਾਡੇ ਲਈ ਗਾਈਡਲਾਈਨਸ ਹੈ, ਗਾਈਡਲਾਈਨਸ ਨੂੰ ਅਪਣਾਉਣਾ ਚਾਹੀਦਾ। ਮੁੱਖ ਮੰਤਰੀ ਪੰਜਾਬ ਜੀ, ਜਿੰਨੀਆਂ ਸਰਕਾਰੀ ਦਾਇਰੇ ਆ ਉਹਨਾਂ ਨੂੰ ਬੇਨਤੀ ਆ ਲਿਫਟਾਂ ਦਾ ਧਿਆਨ ਰੱਖਿਆ ਜਾਵੇ, ਕਿਉਂਕਿ ਗਰਮੀ ਦੀ ਰੁੱਤ ਹੈ। ਔਰ ਮੈਂ ਸ਼ੁਕਰ ਕਰਦਾ ਵਾਹਿਗੁਰੂ ਜੀ ਦਾ ਪਰਮਪਿਤਾ ਪਰਮ, ਮੇਰਾ ਬੀਪੀ ਨਾਲ ਕਦੀ ਡਾਊਨ ਹੋਵੇ ਨਾ ਕੋਈ ਲੋ ਹੋਵੇ, ਕਿਉਂਕਿ ਆਵਾਮ ਮੇਰੇ ਨਾਲ ਹੈ। ਆਹ ਦੇਖੋ ਗਰਾਊਂਡ ਫਲੋਰ ਤੋਂ ਲਿਫਟ ਲਿੱਤੀ ਸੀਗੀ, ਅਤੇ ਜਦੋਂ ਅਸੀਂ ਸੈਕਿੰਡ ਫਲੋਰ ਦੇ ਵਿੱਚ ਘਰ ਸੀਗੇ ਉੱਥੇ ਜਾ ਕੇ ਫਿਊਜ਼ ਹੋ ਗਏ, ਅਤੇ ਅਸੀਂ ਪਹਿਲੀ ਅਤੇ ਸੈਕਿੰਡ ਫਲੋਰ ਦੇ ਵਿੱਚ ਫਸ ਗਏ। ਉੱਥੇ ਦੋਨਾਂ ਦੇ ਦੀਵਾਰ 'ਤੇ ਕੋਈ ਵੀ ਕੋਈ ਡੋਰ ਹੈ ਨਹੀਂਗਾ, ਜਾਂ 3 ਮੰਜ਼ਿਲ 'ਤੇ ਸੀਗਾ। ਅਤੇ 3:15 ਵਜੇ ਮੈਂ ਫੋਨ ਕੀਤਾ ਲਿਫਟ ਓਪਰੇਟਰਸ ਨੂੰ, ਉਸ ਤੋਂ ਬਾਅਦ ਉਹ ਆਏ, ਐਫਰਟ ਕਰਦੇ ਰਹੇ, ਅਸੀਂ 2 ਘੰਟੇ ਫਸੇ ਰਹੇ। ਅਸੀਂ 8 ਜਣੇ ਸੀ ਟੋਟਲ, ਸਾਰੇ ਵਕੀਲ ਸੀਗੇ ਜੀ, ਇੱਕ ਕਲਰਕ ਸੀਗੇ, ਬਾਕੀ ਸਾਰੇ ਵਕੀਲ ਸੀਗੇ। ਅੱਛਾ, ਇਹ ਪਹਿਲਾਂ ਕਦੇ ਇੱਦਾਂ ਦੀ ਪ੍ਰੋਬਲਮ ਆਈ ਹੈ? ਨਹੀਂ, ਫਸਟ ਟਾਈਮ ਹੈ ਜੀ, ਫਸਟ ਟਾਈਮ ਹੈ ਲਿਫਟਾਂ ਦੇ ਵਿੱਚ, ਫਸਟ ਟਾਈਮ ਹੈ ਇੱਦਾਂ ਹੋਇਆ, ਇੰਨੀ ਜ਼ਿਆਦਾ ਸਟਰੱਕ ਹੋ ਗਈ, 2 ਘੰਟੇ ਫਸਟ ਟਾਈਮ ਐਕਸਪੀਰੀਅੰਸ ਸੀਗਾ ਇਹ। ਬੰਦੇ ਸਾਰੇ ਠੀਕ ਰਹੇ ਨੇ? ਹਾਂ, ਸਾਰੇ ਠੀਕ ਹੈ ਜੀ। ਇੱਕ ਸਾਡੇ ਵਕੀਲ ਸਾਹਿਬ ਸੀਗੇ ਓਲਡ ਏਜ, ਉਹ ਵੀ ਕਾਫੀ ਠੀਕ ਰਹੇ ਆ ਉਹ ਸਾਰੇ। ਸ਼ਾਮ ਚੰਦਰ ਜੀ, ਨਹੀਂ ਲਿਫਟ ਨਹੀਂ, ਇੱਦਾਂ ਕੋਈ ਪ੍ਰੋਬਲਮ ਨਹੀਂ ਹੈਗੀ। ਲਿਫਟ ਤਾਂ ਜਿਹੜੀ ਲਿਮਿਟ ਹੈਗੀ ਆ ਉਹ 10-15 ਜਣਿਆਂ ਦੀ ਹੈਗੀ ਆ, ਅਤੇ ਅਸੀਂ 7-8 ਜਣੇ ਸੀਗੇ। 2 ਘੰਟੇ
हूँ भी बंद ही आ लिफ्ट तो हर भी खराब ही आ पर साडे वकील सारे वकीलों ने एफर्ट किया नाल टेक्नीशियन वगैरह ने ता सही रेस्क्यू किया उन्होंने तो सानू बाहर कढ़िया हाँ प्रशासन वालों सहयोग मिले सानू लिफ्ट ऑपरेटर नंबर अंदर लिखे हुए हाँ जी नहीं फिर पैनिक नहीं ना हो सारे जने क्योंकि सारे सी असी वकील साहबान तो एक दूजे न ठीक गल्लां बातें करते पैनिक नहीं होया कोई भी इसलिए असी सानू इन्नी सिचुएशन है नहीं सी कि सानू इन्ना टाइम लग जाएगा यह नहीं पता सीगा पर फ्यूज फेल हो गए कुछ कोई टैक्नीकल डिफॉल्ट पै गया लिफ्ट के इस करके होया नहीं अंदर पखे चलते पे थे लाइट सी पखा चलता पैट्स वाई वी आर सर साढ़े छे तो सत्त वकील तो फस गए तो जो को असी क्ढन की बहुत कोशिश की जो कि सूँ घंटा सवा घंटा टाइम लग गया तो तोड़ के लिफ्ट नीचे खिंच के अभी लिफ्ट बाहर कटे सारे और सारे सेफ है अब भी यह साढ़े मेयर रहे कि सारे सेफ रहे एडवोकेट कि सब घंटा सवा घंटा रह गए सर नलैकी तो है कि नहीं प्रोपर मेंटेनेंस अभी करा होंगी है बार वालों भी होंगी है मेंटेनेंस लिफ्ट भी नवी है कोई पुरानी ज़्यादा लिफ्ट नहीं है लेकिन ये देखो इट्स एक्सीडेंट एक अद भी हो सकता है इन्हों लेकिन यह है इन्हें तो प्रोपर मेंटेनेंस एक जाँच बैठनी चाहिए कि क्यों होया और जिंद भी किसी की भी नलैकी हैगी कार्रवाई होनी चाहिए है।